ਮੋਗਾ ਸ਼ਹਿਰ ਦੀ ਸਿਰਮੌਰ ਵਿੱਦਿਅਕ ਸੰਸਥਾ ਗੁਰੂ ਨਾਨਕ ਕਾਲਜ ਮੋਗਾ ਦੇ ਵਿਦਿਆਰਥੀਆਂ ਨੇ ਖਾਲਸਾਈ ਸੱਭਿਆਚਾਰ ਉਤਸਵ ਵਿੱਚ ਪ੍ਰਮੁੱਖ ਸਥਾਨ ਪ੍ਰਾਪਤ ਕਰਕੇ ਮੱਲਾਂ ਮਾਰੀਆਂ। ਜਿਨ੍ਹਾਂ ਵਿਦਿਆਰਥੀਆਂ ਨੇ ਵਧੀਆ ਸਥਾਨ ਪ੍ਰਾਪਤ ਕੀਤੇ ਉਹਨਾਂ ਬਾਰੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਜੀ ਨੇ ਸ਼ਲਾਘਾ ਕਰਦੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਮੋਗਾ ਤੋਂ ਸੰਜੀਵ ਅਰੋੜਾ ਦੀ ਰਿਪੋਰਟ। ਤੁਸੀਂ ਕਿਸ ਚੀਜ਼ ਪਾਰਟੀਸਪੇਟ ਕੀਤਾ ਸੀ ਜੀ? ਕੀ ਮਿਲੇ ਆਪਣੇ, ਕਿੰਨਵਾਂ ਨਾਮ ਮਿਲੇ ਆਪਣੇ, ਕਿੰਨੇ ਬੱਚੇ ਨੇ ਟੋਟਲ ਪਾਰਟੀਸਪੇਟ ਕੀਤਾ ਜੀ ਉੱਥੇ? ਅੱਗੇ ਤੁਸੀਂ ਕੀ ਕਰਨਾ ਚਾਹੋਗੇ? ਤੁਸੀਂ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ? ਆਪਣੇ ਵਿਰਸੇ ਨਾਲ ਜੁੜੋ, ਜੋ ਸਿੱਖੀ ਦਾ ਧਾਰਮਿਕ ਜਿਹੜੀਆਂ ਸਾਡੇ ਈਵੈਂਟਸ ਆ ਉਹਨਾਂ ਵਿੱਚ ਸਾਰਿਆਂ ਨੂੰ ਪਾਰਟੀਸਪੇਟ ਕਰਨਾ ਚਾਹੀਦਾ ਹੈ ਤਾਂ ਜੋ ਅਸੀਂ ਉੱਭਰ ਕੇ ਅੱਗੇ ਆ ਸਕੀਏ ਜੀ। ਮੇਰਾ ਨਾਮ ਲਵਪ੍ਰੀਤ ਸਿੰਘ। ਆਪਾਂ ਨੂੰ ਜਿਹੜਾ ਇਨਾਮ ਮਿਲਿਆ ਹੈਗਾ ਕਿਸ ਵਿੱਚੋਂ ਮਿਲਿਆ ਜੀ? ਦਸਤਾਰਬੰਦੀ ਦੇ ਐਂਡ ਧਾਰਮਿਕ ਪਹਿਰਾਵਾ। ਆਪਾਂ ਕਿੰਨੇ ਚਿਰ ਤੋਂ ਇਸ ਚੀਜ਼ ਦੇ ਵਿੱਚ ਲੱਗੇ ਹੋਏ? ਮੈਂ ਲਗਭਗ ਘੱਟੋ ਘੱਟ ਹੋ ਗਏ 4-5 ਸਾਲ ਤੋਂ ਲੱਗ ਰਹੇ ਹਾਂ ਕਾਲਜ ਵਿੱਚ। ਤੁਹਾਡਾ ਸ਼ੁਭ ਨਾਮ ਜੀ? ਮੇਰਾ ਨਾਮ ਸਵਰਨਜੀਤ ਸਿੰਘ। ਆਪਾਂ ਉਹਦਾ ਜੀ, ਹਾਂਜੀ ਅਹੁਦਾ ਜੀ, ਆਪਣਾ ਕਾਰਜਕਾਰੀ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਮੋਗਾ। ਜਾਣਕਾਰੀ ਦੇ, ਜਿਹੜੇ ਬੱਚੇ ਨੇ ਆਪਣੇ ਪਾਰਟੀਸਪੇਟ ਕੀਤਾ ਸੀ ਇਹਨਾਂ ਨੂੰ ਇਨਾਮ ਮਿਲੇ ਹੈਗੇ? ਇਸ ਬਾਰੇ ਦਮਦਮਾ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਨਾਨਕ ਦੇਵ ਜੀ 550 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਜਿਹੜਾ ਸਮਾਗਮ ਹੋਇਆ ਉਹਦੇ ਵਿੱਚ ਲਗਭਗ ਸ਼੍ਰੋਮਣੀ ਕਮੇਟੀ ਦੇ ਸਮੁੱਚੇ ਕਾਲਜਾਂ ਦੇ 400 ਵਿਦਿਆਰਥੀਆਂ ਨੇ ਪਾਰਟੀਸਪੇਟ ਕੀਤਾ, ਜਿਹਦੇ ਵਿੱਚੋਂ ਆਪਣੇ ਕਾਲਜ ਦੇ ਵੀ 8-7 ਵਿਦਿਆਰਥੀਆਂ ਨੇ ਸ਼ਾਨਦਾਰ ਜਿਵੇਂ ਪ੍ਰਾਪਤੀਆਂ ਕੀਤੀਆਂ ਅਤੇ ਪ੍ਰਦਰਸ਼ਨ ਬੜਾ ਵਧੀਆ ਢੰਗ ਨਾਲ ਕੀਤਾ, ਜਿਹਦੇ ਵਿੱਚ ਪੁਰਾਤਨ ਸਿੱਖੀ ਰਵਾਇਤੀ ਪਹਿਰਾਵਾ ਦਸਤਾਰਬੰਦੀ ਕਵਿਸ਼ਰੀ ਜਾਂ ਸਾਡੀ ਧਾਰਮਿਕ ਕਵਿਤਾ ਉਚਾਰਨ ਮੁਕਾਬਲੇ, ਇਹਨਾਂ ਸਾਰੇ ਮੁਕਾਬਲਿਆਂ ਵਿੱਚ ਬੱਚਿਆਂ ਨੇ ਬੜਾ ਸੋਹਣਾ ਪ੍ਰਦਰਸ਼ਨ ਕੀਤਾ। ਆਪਣੇ ਸਕੂਲ ਦੇ ਵਿੱਚ ਪਹਿਲਾਂ, ਕਾਲਜ ਵਿੱਚ ਪਹਿਲਾਂ ਵੀ ਇਸ ਤਰ੍ਹਾਂ ਬੱਚਿਆਂ ਨੇ ਪਾਰਟੀਸਪੇਟ ਕੀਤੇ ਹੈਗੇ? ਆਪਣੇ ਕਾਲਜ ਦੇ ਬੱਚੇ ਤਕਰੀਬਨ ਹਰ ਸਾਲ ਹੀ ਆਉਣ ਵਾਲੇ ਇਹਨਾਂ ਧਾਰਮਿਕ ਸੱਭਿਆਚਾਰਕ ਉਤਸਵਾਂ ਦੇ ਵਿੱਚ ਲਗਾਤਾਰ ਪਾਰਟੀਸਪੇਟ ਕਰਦੇ ਰਹਿੰਦੇ ਅਤੇ ਕੋਈ ਨਾ ਕੋਈ ਤਰੀਕੇ ਨਾਲ ਕਰਦੇ ਰਹਿੰਦੇ। ਤੁਸੀਂ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਨੌਜਵਾਨਾਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦਾ ਕਿ ਉਹ ਆਪਣੇ ਵਿਰਸੇ ਨੂੰ ਸੰਭਾਲਣ, ਉਹਦੇ ਨਾਲ ਜੁੜਨ ਅਤੇ ਵਿਰਸੇ ਦੀ ਜਿਹੜੀ ਪੁਰਾਤਨਤਾ ਹੈ, ਗੌਰਵਮਈ ਵਿਰਸੇ ਦੀ ਜਿਹੜੀ ਵਿਰਾਸਤ ਆ ਉਹਨੂੰ ਸਾਂਭ ਕੇ ਅੱਗੇ ਆਉਣ ਵਾਲੀਆਂ ਜਨਰੇਸ਼ਨ ਤੱਕ